ਦੀਦੇ ਪਾਵਨ ਪਵਿੱਤਰ ਸਥਾਨ ਦੇ ਬਾਰੇ ਇੱਥੇ ਜਿੰਨੀਆਂ ਸਿੱਖ ਸੰਗਤਾਂ ਪਹੁੰਚਦੀਆਂ ਨੇ ਸਤਿਗੁਰੂ ਮਹਾਰਾਜ ਜੀ ਦੀ ਪਾਵਨ ਪਵਿੱਤਰ ਚਰਨਛੋਪਾ ਪ੍ਰਾਪਤ ਇਹ ਪਾਵਨ ਧਰਤੀ ਹੈ ਤੇ ਪਾਵਨ ਭਦੌੜ ਦੀ ਧਰਤੀ ਜਿਹੜੀ ਹੈ ਜਿੱਥੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਆਏ ਨੇ ਇਹਨਾਂ ਨੂੰ ਇਤਿਹਾਸ ਦੇ ਅੰਦਰ ਐਉਂ ਦਰਸਾਇਆ ਜਾਂਦਾ ਹੈ ਜੋ ਪੁਰਾਣੀ ਬਜ਼ੁਰਗ ਦਰਸਾਉਂਦੇ ਨੇ ਕਿ ਰਾਜਾ ਭੱਦਰ ਸੈਨ ਉਹਨਾਂ ਦੀ ਇੱਥੇ ਰਾਜਧਾਨੀ ਸੀ ਤੇ ਜੋ ਦੋ ਕੋਹ ਦੱਖਣ ਨਾਲ ਔਰ ਇੱਥੇ ਕੋਹ ਦੀ ਦੂਰੀ ਤੇ ਜਿਹੜਾ ਸਤਲੁਜ ਦਰਿਆ ਵਹਿੰਦਾ ਸੀ ਜਿਹੜਾ ਬਠੰਡੇ ਵਾਲੇ ਕਿਲੇ ਦੇ ਨਾਲ ਦੀ ਵਹਿੰਦਾ ਸੀ ਤੇ ਇੱਥੇ ਰਾਜੇ ਭੱਦਰ ਸਿੰਘ ਨੇ ਆਪਣੀ ਲੜਕੀ ਵਾਸਤੇ ਜਿਹੜਾ ਪੋਣਾ ਬਣਾਇਆ ਸੀ ਇਹ ਔਰਤਾਂ ਦੇ ਇਸ਼ਨਾਨ ਵਾਸਤੇ ਉੱਥੇ ਜਦੋਂ ਔਰਤਾਂ ਨਹਾਉਂਦੀਆਂ ਸੀ ਤੇ ਇੱਥੇ ਜੰਗਲ ਦਾ ਏਰੀਆ ਹੋਣ ਕਰਕੇ ਸਾਧੂ ਬਿਸ਼ਨਦਾਸ ਨਾਮ ਦਾ ਸੀ ਉਹ ਆ ਕੇ ਉਸ ਪੋਣੇ ਦੇ ਵਿੱਚ ਉਸ ਪਰਦੇ ਦੇ ਵਿੱਚ ਨਾਉਣ ਲੱਗ ਪਿਆ ਤੇ ਰਾਜੇ ਭੱਦਰ ਸਿੰਘ ਦੀ ਲੜਕੀ ਸੂਰਜ ਕਲਾ ਆਪਣੀਆਂ ਸਹੇਲੀਆਂ ਦੇ ਨਾਲ ਇਸ਼ਨਾਨ ਕਰਨ ਵਾਸਤੇ ਆਈ ਉਹਨੇ ਦੇਖਿਆ ਵੀ ਇਸ ਸਾਡੇ ਪੋਣੇ ਵਿੱਚ ਪਰਦੇ ਵਿੱਚ ਇਹ ਕੋਈ ਆਦਮੀ ਨਹਾ ਰਿਹਾ ਉਹਨੇ ਆ ਕੇ ਬਹੁਤ ਜਿਹੜਾ અપਮਾਨਜਨਕ ਸ਼ਬਦ ਵਰਤੇ ਉਹਨੂੰ ਤੇ ਸਾਧੂ ਨੇ ਕਿਹਾ ਵੀ ਬੇਟਾ ਸਾਡੇ ਤੋਂ ਗਲਤੀ ਹੋ ਗਈ ਜੰਗਲ ਦਾ ਇਲਾਕਾ ਕਰਕੇ ਮੈਂ ਇਸ ਪੋਣੇ ਦੇ ਅੰਦਰ ਪੜਦੇ ਅੰਦਰ ਨਾਤਾ ਹੈ ਪਰ ਸਾਰਿਆਂ ਨੂੰ ਵੱਧ ਰਾਜੇ ਭੱਦਰ ਸ਼ੈਨਦੀ ਲੜਕੀ ਬੋਲਣ ਲੱਗੀ ਉਸ ਬਿਸ਼ਨ ਦਾ ਸਾਧੂ ਨੂੰ ਜਦੋਂ ਉਹਨੇ ਬੋਲਣਾ ਕੀਤਾ ਸਾਧੂ ਦੇ ਮੂੰਹੋਂ ਸੁਤੇ ਸਿੱਧ ਬਚਨ ਨਿਕਲੇ ਕਹਿਣ ਲੱਗੀ ਸਾਰਿਆਂ ਚੁੱਪ ਕਰ ਗਿਆਂ ਤੂੰ ਸਪਨੀ ਵਾਂਗੂ ਜੀਵ ਬਿਮਾਰੀ ਜਾਣੀ ਉਹ ਰੁਕ ਗਏ ਸਾਧੂ ਜੰਗਲੋਂ ਤੁਰਿਆ ਫਿਰ ਰਾਜੇ ਭੱਦਰ ਸ਼ੈਨਦੀ ਲੜਕੀ ਸੂਰਜ ਕਲਾ ਨੇ ਜਾ ਕੇ ਹੱਥ ਜੋੜੇ ਮਹਾਤਮਾ ਜੀ ਤੁਹਾਡੇ ਮੱਖੋਂ ਇਹ ਜਿਹੜਾ ਬਚਨ ਨਿਕਲਿਆ ਹੈ ਇਹ ਸੱਚ ਹੋਵੇਗਾ ਮੇਰਾ ਉਧਾਰ ਕਿਵੇਂ ਹੋਵੇਗਾ ਉਹਨਾਂ ਨੇ ਕਿਹਾ ਸਮਾਂ ਪਾ ਕੇ ਜਿਹੜਾ ਧੰਨ ਗੁਰੂ ਨਾਨਕ ਦੇ ਮਹਾਰਾਜ ਇਹ ਸੰਸਾਰ ਵਿੱਚ ਆਉਣਗੇ ਤੇ ਗੁਰੂ ਨਾਨਕ ਦੇ ਮਹਾਰਾਜ ਦੇ ਦਸਵੇਂ ਰੂਪ ਇਸ ਸਥਾਨ ਤੇ ਆ ਕੇ ਤੇਰਾ ਸਪਣੀ ਦਾ ਆਧਾਰ ਕਰਨਗੇ ਲਗਭਗ 18 1850 ਸਾਲ ਦੀ ਇਹ ਗੱਲ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਗੁਰੂ ਨਾਨਕ ਸਹਿਬ ਮਹਾਰਾਜ ਸੰਸਾਰ ਤੇ ਆਏ ਗੁਰੂ ਗੋਬਿੰਦ ਸਿੰਘ ਸੱਚੇ ਪਾਦਸ਼ਾਹ ਜਦੋਂ ਦੀਨੇ ਆਏ ਬੁਰਜ ਹੁੰਦੇ ਹੋਏ ਸੱਚੀ ਸਰਕਾਰ ਇੱਥੇ ਪਹੁੰਚੇ ਉਸ ਵਕਤ ਇਹ ਥੇ ਸੀਗੀ ਥੇ ਤੇ ਆ ਕੇ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਬੈਠੇ ਤੇ ਸਪਨੀ ਬਾਹਰੋਂ ਜਦੋਂ ਆਈ ਸਿੰਘਾਂ ਨੇ ਰੋਕਣ ਦਾ ਯਤਨ ਕੀਤਾ ਮਹਾਰਾਜ ਸਾਹਿਬ ਕਹਿੰਦੇ ਨੂੰ ਆਉਣ ਦਿਓ ਸੱਚੇ ਪਾਤਸ਼ਾਹ ਨੇ ਆਪਣਾ ਚਰਨ ਅੱਗੇ ਵਧਾਇਆ ਤੇ ਸਪਨੀ ਨੇ ਆ ਕਰਕੇ ਆਪਣਾ ਸਿਰ ਸਾਹਿਬ ਦੇ ਚਰਨਾਂ ਤੇ ਰੱਖਿਆ ਸਤਗੁਰਾਂ ਨੇ ਤੀਰ-ਪੱਥੇ ਚੋਂ ਕੱਢ ਕੇ ਉਹਦੇ ਸਿਰ ਤੇ ਰੱਖਿਆ ਤੇ ਸਪਨੀ ਨੇ ਉੱਥੇ ਹੀ ਸਰੀਰ ਛੱਡਤਾ ਜਦੋਂ ਸਪਨੀ ਨੇ ਸਰੀਰ ਛੱਡਤਾ ਤੇ ਨਾਲ ਦੇ ਸਿੰਘਾਂ ਨੇ ਪੁੱਛਿਆ ਮਹਾਰਾਜ ਇਹ ਕੀ ਵਾਰਤਾ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਅਸੀਂ ਸਿੰਘੋ ਇਨ੍ਹਾਂ ਉਧਾਰ ਕਰਨ ਵਾਸਤੇ ਹੀ ਇੱਥੇ ਪਹੁੰਚੇ ਸਾਂ ਇਹਦਾ ਉਧਾਰ ਕਰਨਾ ਸੀ ਸਤਗੁਰੂ ਮਹਾਰਾਜ ਇਤਿਹਾਸ ਦੇ ਮੁਤਲਕ ਇੱਥੇ ਰਾਤ ਵੀ ਰਹੇ ਨੇ ਤੇ ਸੱਚੇ ਪਾਤਸ਼ਾਹ ਇੱਥੇ ਪੰਜ ਸਿੰਘਾਂ ਦੇ ਨਾਲ ਰਹਿ ਕਰਕੇ ਜਾਂਦੀ ਹੋਏ ਇੱਥੇ ਇੱਕ ਆਪਣਾ ਨਿਸ਼ਾਨੀ ਵਜੋਂ ਤੇਗਾ ਦੇ ਕੇ ਗਏ ਤਲਵਾਰ ਜਿਹਨੂੰ ਕਹਿੰਦੇ ਆ ਤੇ ਪੰਜ ਤੀਰ ਜਿਹੜੀ ਕਟਾਰ ਦੇ ਆਪਨੇ ਦਰਸ਼ਨ ਪਹਿਲਾਂ ਕੀਤੇ ਨੇ ਉਹ ਕਟਾਰ ਦੀਨਾ ਸਾਹਿਬ ਤੋਂ ਰਾਏ ਜੋਧ ਦੀ ਅਨਸਬੰਸ ਦੇ ਵਿੱਚੋਂ ਪਧੌੜ ਸਰਦਾਰਾਂ ਦੇ ਘਰ ਵਿੱਚ ਆਈ ਤੇ ਸਰਦਾਰਾਂ ਦੇ ਘਰੋਂ ਇਸ ਪਾਵਨ ਅਸਥਾਨ ਤੇ ਆਈ ਇਸ ਪਾਵਨ ਪਵਿੱਤਰ ਅਸਥਾਨ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜੋੜ ਮੇਲਾ ਬੜੇ ਸ਼ਾਨੋ ਸ਼ੌਕਤ ਦੇ ਨਾਲ ਸੰਗਤਾਂ ਮਨਾਉਂਦੀਆਂ ਨੇ ਇਹ ਪਾਵਨ ਸਥਾਨ ਦੀ ਸੇਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਨੇ ਅੰਮ੍ਰਿਤ ਵੇਲੇ ਲੜੀਵਾਰ ਕਥਾ ਹੁੰਦੀ ਸਾਰਾ ਸਟਾਫ ਸਾਰੀ ਸੰਗਤ ਮਿਲ ਜੁਲ ਕੇ ਇਥੋਂ ਦਾ ਜਿਹੜਾ ਸਾਰਾ ਪ੍ਰਬੰਧ ਦੀ ਦੇਖਰੇਖ ਕਰਦੇ ਨੇ ਦੇ ਪ੍ਰੇਮ ਨਾਲ ਸੰਗਤਾਂ ਅੰਮ੍ਰਿਤ ਵੇਲੇ ਇਥੇ ਹਾਜ਼ਰੀਆਂ ਭਰਦੀਆਂ ਨੇ ਔਰ ਇਸ ਗੁਰੂ ਦੀ ਸੰਗਤ ਇੱਥੇ ਆ ਕੇ ਦਰਸ਼ਨ ਦੇਦਾਰ ਕਰਦੀ ਏ ਨਕਮਸਤਕ ਹੁੰਦੀ ਏ ਉਹਨਾਂ ਦੀਆਂ ਸ਼ਰਦਾਵਾਂ ਪੂਰੀਆਂ ਹੁੰਦੀਆਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਇਸ ਪਾਵਨ ਸਥਾਨ ਨੂੰ ਇਤਿਹਾਸ ਵਿੱਚ ਕਾਲ ਜੰਤਰ ਵੀ ਕਹਿੰਦੇ ਆ ਸਰਪਣੀ ਸਰਵੀ ਪਰ ਜਿਹੜਾ ਲਿਖ ਕੇ ਬੋਰਡ ਤੇ ਲਾਇਆ ਗਿਆ ਗੁਰਦੁਆਰਾ ਸਹਿਬ ਪਾਸ਼ਾਹੀ ਦਸਵੀਂ ਪਧੌੜ ਦੇ ਨਾਂ ਤੇ ਇਹ ਪਾਵਨ ਪਵਿੱਤਰ ਸਥਾਨ ਏ ਇਹ ਇਸ ਪਾਵਨ ਪਵਿੱਤਰ ਦਾ ਸਥਾਨ ਦਾ ਇਤਿਹਾਸ ਸੀਗਾ ਆਪ ਸੰਗਤਾਂ ਦਾ ਔਰ ਆਪ ਚੈਨਨ ਵਾਲੇ ਵੀਰਾਂ ਦਾ ਜਿਹੜੇ ਆਪ ਐਡੀ ਦੂਰੋਂ ਪੁੱਜੇ ਹੋ ਆਪ ਦਾ ਸਮੁੱਚੇ ਪ੍ਰਬੰਧ ਵੱਲੋਂ ਬਹੁਤ ਬਹੁਤ ਧੰਨਵਾਦ ਹੈ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਮਿਹਰਪਾ ਕਰਨ ਆਪ ਸਭਨਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਬਨਨ ਕ ਬਬਨਨ ਸੰਪਾਤਸ਼ਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨ ਛੋਪਾਤ ਗੁਰਦੁਆਰਾ ਸਾਹਿਬ ਪਾਤਸ਼ਾਹੀ 10ਵੀਂ ਦੇ ਅੱਜ ਅਸੀਂ ਤੁਹਾਨੂੰ ਦਰਸ਼ਨ ਦਿਦਾਰ ਕਰਵਾਏ ਉਮੀਦ ਹੈ ਤੁਹਾਨੂੰ ਸਾਡੀ ਇਹ ਪੇਸ਼ਕਸ਼ ਜ਼ਰੂਰ ਪਸੰਦ ਆਈ ਹੋਵੇਗੀ ਕੋਈ ਪੁਲਚਕ ਹੋਈ ਹੋਵੇ ਤਾਂ ਜ਼ਰੂਰ ਮਾਫ ਕਰਨਾ ਸਹਿਯੋਗੀ ਰਜਿੰਦਰ ਦੇ ਨਾਲ ਕੈਮਰਾਮੈਨ ਪਰਵਿੰਦਰ ਦੇ ਨਾਲ ਜਸਨੂਰ ਤਵਿੰਨ ਡੇਲੀ ਪੋਸਟ ਪੰਜਾਬੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ